भयानक हादसे दियां ये तस्वीरां माछीवाड़ा साहिब दियां ने, जिथे होले महल्ले ते श्री आनंदपुर साहब संगत लैके जा रहे ट्राले की लपेट च आउण नाल प्रसिद्ध ढागी कपूर सिंह कौंके की मौत हो गई। ढागी कपूर सिंह कौंके इतिहासिक गुरद्वारा श्री कृपान भेट साहिब विखे ड्यूटी करके समागम तो वापस परत रहे सन, तो जिवें ही वह दशहरा ग्राउंड के कोल पहुँचे संगत वाले ट्राले की लपेट च आ गए। हादसा इन्ना भयानक सी कि उन्हां दी मौके ते ही मौत हो गई। हादसे की सीसीटीवी वीडियो भी सामने आई है। मृतक के परिवार वालों जिथे इंसाफ की मंग की जा रही है, उत्थे ही ट्रैला ड्राइवर का कहना है कि प्रत्यक्ष दर्शियों मुताबक कपूर सिंह कौंके का मोटरसाइकिल स्लिप होण करके ट्राले हेठ आ गया। असी जा रहे थे इधर गुरुद्वारा साहब आ रहे थे उधरों ही, वो पिछे आउटसाइड पर आ गई साढ़े कनैक्टर साइड पर स्लिप हो गया मोटरसाइकिल, मगर टायरां नाल वज गई। मैं ट्राला चला रहा उ जो मैं गड्डी रोकी जी मार्केट के जिन्हें भी नेड़े बंदे सामने जी उन्होंने दसन मुताबक जी जगह ये परला गुरुद्वारा साहब की ना जी। हाँ जी उदू अगे आ गई। असी तो यही है जी संगत लैके आने हरेक साल जी, कोई साड़ी गलती नहीं जी इस जी वेख लो जी। असं तो प्रशासन तो यह मांग करते हैं जी, जो भी जाने के साड़ी संगत आई हुई है होले महल्ले ते हरेक साल आने जिन्हां दी डैथ होई है उन्हां दे परिवार वालों तुहानूं कुछ कहा गया? नहीं जी सानूं कोई नहीं किसे ने कहा जी, ना ही किसे इत्थे किसे ने सानूं कोई होर भी कुछ नहीं कहा जी। उन्हां नाल तुहाडी कोई गलबात नहीं हुई जी? साडे नाल थानेदार साहब आए सी उन्हां नाल साडी गल हुई। किन्नी संगत आई है जी तुहाडे नाल? साडे नाल 60 कु बंदे जी। ਉਹ ਜਾ ਰਹੇ ਸੀਗੇ ਟਰਾਲਾ ਪਿੱਛੋਂ ਲੱਗਿਆ ਜੀ, ਸੰਗਤ ਵਾਲਾ ਟਰਾਲਾ ਸੀਗਾ, ਇਹਨਾਂ ਨੇ ਪਿੱਛੋਂ ਮਾਰਿਆ ਟਰਾਲਾ। ਜਦੋਂ ਟਰਾਲਾ ਵੱਜਿਆ ਮੌਕੇ 'ਤੇ ਹੀ ਮੌਤ ਹੋ ਗਈ ਸੀ? ਮੌਕੇ 'ਤੇ ਹੀ ਸਾਨੂੰ ਤਾਂ ਦੱਸਿਆ ਗਿਆ ਕਿ ਮੌਕੇ 'ਤੇ ਹੀ ਹੋ ਗਈ ਸੀ, ਹੋਸਪਿਟਲ ਜਦ ਪਹੁੰਚੇ ਡੈਥ ਹੋ ਚੁੱਕੀ ਸੀ। ਕਿੱਥੋਂ ਆ ਰਹੇ ਸੀਗੇ ਤੁਹਾਡੇ ਫਾਦਰ ਸਾਹਿਬ? ਗੁਰਦੁਆਰਾ ਸਾਹਿਬ ਡਿਊਟੀ ਕਰਦੇ ਰਹਿਣਾ ਵਾ। ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਹਾਂ, ਸਾਨੂੰ ਇਨਸਾਫ ਚਾਹੀਦਾ, ਇਨਸਾਫ ਚਾਹੀਦੀ। 60 ਸਾਲ ਉਮਰ ਸੀ। ਤੁਹਾਡੀ ਕੋਈ ਗੱਲਬਾਤ ਹੋਈ ਹੈ ਉਹਨਾਂ ਨਾਲ ਜਿਨ੍ਹਾਂ ਦੇ ਟਰਾਲੇ ਦੇ ਨੀਚੇ? ਨਹੀਂ ਹਲੇ ਤੱਕ ਕੋਈ ਗੱਲਬਾਤ ਨਹੀਂ ਹੋਈ ਸੀ, ਦੇਖੇ ਤੱਕ ਨਹੀਂ ਕੌਣ ਸੀ ਕੌਣ ਨਹੀਂ। ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਭਰੋਸਾ ਦਵਾਇਆ? ਹਲੇ ਤੱਕ ਤਾਂ ਕਿਸੇ ਨਾਲ ਆਪਣੀ ਕੋਈ ਗੱਲਬਾਤ ਨਹੀਂ ਹੋਈ। ਉੱਧਰ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ, ਅਤੇ ਟਰਾਲਾ ਡਰਾਈਵਰ ਜੁਗਰਾਜ ਸਿੰਘ ਵਾਸੀ ਪਿੰਡ ਅਜੀਤ ਗਿੱਲ ਫਰੀਦਕੋਟ ਖਿਲਾਫ਼ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ। ਸਿਵਲ ਹਸਪਤਾਲ ਮਾਛੀਵਾੜਾ ਸਾਹਿਬ ਤੋਂ ਇੱਕ ਇਨਫੋਰਮੇਸ਼ਨ ਆਈ ਹੈ ਵੀ ਕਪੂਰ ਸਿੰਘ ਸਨ ਆਫ ਬਲਵੰਤ ਸਿੰਘ ਵਾਸੀ ਪਿੰਡ ਕੌਂਕੇ, ਜਿਹਦੀ ਕਿ ਰੋਡ ਐਕਸੀਡੈਂਟ ਵਿੱਚ ਡੈਥ ਹੋ ਗਈ ਆ, ਅਤੇ ਮੌਕੇ 'ਤੇ ਜਾ ਕੇ ਅਸੀਂ ਟਰਾਲੇ ਨੂੰ ਤਾਂ ਉਹਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ, ਹੁਣ ਅਗਲੀ ਫਰਦਰ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਆ। ਕਿੱਥੇ ਦਾ ਜੀ ਟਰਾਲੇ ਵਾਲਾ ਬੰਦਾ ਜੀ? ਇਹ ਟਰਾਲੇ ਵਾਲਾ ਬੰਦਾ ਅਜਿੱਤ ਪਿੰਡ ਜ਼ਿਲ੍ਹਾ ਫਰੀਦਕੋਟ ਦਾ। ਕੀ ਨਾਮ ਆ ਜੀ ਉਹਨਾਂ ਦੇ? ਇਹਦਾ ਜੁਗਰਾਜ ਸਿੰਘ ਸਨ ਆਫ ਸੁਖਦੇਵ ਸਿੰਘ ਆ। ਫਿਲਹਾਲ ਤਾਂ ਕੋਈ ਨਹੀਂ, ਤਫਤੀਸ਼ ਕਰ ਰਹੇ ਹਾਂ, ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ 'ਚ ਅਮਲ ਲਿਆਂਦੀ ਜਾਊਗੀ। ਪੋਸਟਮਾਰਟਮ ਦੀ ਰਿਪੋਰਟ ਹੋਣੀ ਬਾਕੀ ਹੈ ਜੀ? ਹਲੇ ਡੈਡ ਬੋਡੀ ਭੇਜਤੀ ਪੋਸਟਮਾਰਟਮ ਲਈ ਕਿ ਭੇਜਣੀ? ਸਿਵਲ ਹਸਪਤਾਲ ਮਾਛੀਵਾੜਾ ਪਈ ਆ, ਉਸ ਤੋਂ ਬਾਅਦ ਮੁਕੱਦਮਾ ਦਰਜ ਕਰਕੇ ਪੋਸਟਮਾਰਟਮ ਕਰਾਇਆ ਜਾਊਗਾ। ਦੱਸ ਦਈਏ ਕਿ ਮ੍ਰਿਤਕ ਕਪੂਰ ਸਿੰਘ ਕੌਂਕੇ ਦਾ ਧਾਰਮਿਕ ਜਗ੍ਹਾ 'ਚ ਕਾਫੀ ਨਾਮ ਸੀ, ਜਿੱਦਾਂ ਦੇ ਇੰਜ ਚਲੇ ਜਾਣ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ। ਮਾਛੀਵਾੜਾ ਸਾਹਿਬ ਤੋਂ ਗੁਰਦੀਪ ਟੱਕਰ ਦੀ ਰਿਪੋਰਟ, ਦਰਸ਼ਨ ਟੀਵੀ।